ਉਹ ਕਹਿੰਦਾ ਇੰਡੀਆ ਦੇ ਵਿੱਚ ਡਰਾਈਵਿੰਗ ਦਾ ਇੱਕੋ ਹੀ ਰੂਲ ਹੈ ਵੀ ਐਂ ਸੋਚ ਕੇ ਗੱਡੀ ਚਲਾਓ ਵੀ ਜਿੰਨੇ ਵੀ ਮੂਹਰੋਂ ਆ ਰਹੇ ਨੇ ਪਿੱਛੋਂ ਆ ਰਹੇ ਨੇ ਸੱਜੋਂ ਆ ਰਹੇ ਨੇ ਖੱਬਿਓਂ ਆ ਰਹੇ ਨੇ ਇਹ ਤੁਹਾਨੂੰ ਮਾਰਨ ਆ ਰਹੇ ਨੇ ਨਾਲੇ ਤੁਸੀਂ ਆਪ ਬਚਣ ਨਾਲੇ ਉਹਨਾਂ ਨੂੰ ਬਚਾਉਣਾ ਇਹ ਚੀਜ਼ਾਂ ਆਪਾਂ ਬਦਲਣੀਆਂ ਪੈਣਗੀਆਂ। ਮੈਂ ਆਪ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਉਦੋਂ ਵੀ ਦਿਨ ਰਾਤ ਦੀ ਸੜਕਾਂ ਤੇ ਰਹੇ ਹਾਂ ਹੁਣ ਤੱਕ ਹੁਣ ਵੀ ਸੜਕਾਂ ਤੇ ਹੀ ਹਾਂ। ਅਮਰੀਕਾ ਦਾ ਡਰਾਈਵਿੰਗ ਲਾਇਸੈਂਸ ਲਿਆ ਪਹਿਲਾਂ ਤਾਂ ਲਿਖਤੀ ਲੈਂਦੇ ਆ ਉਹ ਲਿਖਤੀ ਦੇ ਵਿੱਚੋਂ ਪਾਸ ਹੋਵੋਗੇ ਤਾਂ ਫਿਰ ਤੁਹਾਡਾ ਪ੍ਰੈਕਟੀਕਲ ਲੈਂਦੇ ਆ ਪ੍ਰੈਕਟੀਕਲ ਦੇ ਵਿੱਚ ਕੀ ਹੈ ਉਹ ਨਾਲ ਬਹਿ ਜਾਂਦਾ ਤੁਹਾਡੇ ਡਰਾਈਵਿੰਗ ਲਾਇਸੈਂਸ ਦਾ ਜਿਹੜਾ ਅਧਿਕਾਰੀ ਹੈ ਉਹ ਇਦਾਂ ਹੀ ਗੱਡੀ ਚਲਾਉਂਦਾ ਵੀ ਇੱਥੋਂ ਖੱਬੇ ਲੈ ਇੱਥੋਂ ਚੌਂਕ ਉਹ ਨੋਟ ਕਰੀ ਜਾਂਦਾ ਗਲਤੀ ਦੱਸਦਾ ਨਹੀਂ। ਮੇਰਾ ਇੱਕ ਦੋਸਤ ਆ ਉਹਨੇ ਵੀ ਤਾਂ ਟੈਸਟ ਦਿੱਤਾ ਸੀ ਗਲਤੀ ਕੀ ਸੀਗੀ ਗੱਡੀ ਚੜ੍ਹਾਈ 'ਤੇ ਸੀ ਉਹਨੂੰ ਕਹਿੰਦਾ ਉਹ ਕਹਿੰਦਾ ਰੋਕ ਲਾ ਰੋਕ ਕੇ ਗੱਡੀ ਬੰਦ ਕਰ ਦੇ ਉਹਨੇ ਗੱਡੀ ਚੜ੍ਹਾਈ 'ਤੇ ਬੰਦ ਕਰਤੀ ਕਹਿੰਦਾ ਚੱਲ ਬਾਅਦ ਚੱਲ ਪਿਆ ਆ ਕੇ ਕਹਿੰਦਾ ਵੀ ਤੇਰੀ ਗਲਤੀ ਸੀ ਜੋ ਗੱਡੀ ਰੋਕੀ ਸੀ ਤੂੰ ਚੜ੍ਹਾਈ 'ਤੇ ਤੂੰ ਤੈਨੂੰ ਗੱਡੀ ਦੇ ਜਿਹੜੇ ਅਗਲੇ ਟਾਇਰ ਨੇ ਉਹਨਾਂ ਨੂੰ ਇੱਦਾਂ ਮੋੜ ਕੇ ਬੰਦ ਕਰਨੀ ਚਾਹੀਦੀ ਸੀ ਤਾਂ ਕਿ ਜੇ ਗੱਡੀ ਥੱਲੇ ਨੂੰ ਢਲਾਣ ਵੱਲ ਨੂੰ ਜਾਵੇ ਤਾਂ ਉਹ ਸੜਕ ਤੋਂ ਕੱਚੇ ਲੈ ਜੇ ਸੜਕ ਵਾਲੇ ਪਾਸੇ ਨਾ ਜਾਵੇ ਕਿਸੇ ਨੂੰ ਮਾਰ ਨਾ ਦੇਵੇ ਇੱਥੋਂ ਤਾਂ ਖਿਆਲ ਰੱਖਦੇ ਜੀ ਉਹ ਇੰਨੀਆਂ ਛੋਟੇ ਛੋਟੀਆਂ ਗੱਲਾਂ। ਮੇਰੇ ਕੋਲ ਬਹੁਤ ਕਿੱਸੇ ਪਏ ਨੇ ਜੀ ਡਰਾਈਵਿੰਗ ਨਾਲ ਸੰਬੰਧਿਤ। ਇੱਕ ਐਕਸੀਡੈਂਟ ਹੋਇਆ ਅਮਰੀਕਾ 'ਚ ਬੰਦਾ ਮਰ ਗਿਆ ਉਹਦੇ 'ਚ ਉਹ ਬੰਦਾ ਜਿਹੜਾ ਸੀਗਾ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਉਹਨੂੰ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਸੀ ਉਹ ਬਚ ਗਿਆ ਕੇਸ ਚੱਲਿਆ ਬਹੁਤ ਵੱਡੀ ਸਜ਼ਾ ਡਰਿੰਕ ਡਰਾਈਵ ਦੀ ਉੱਥੇ ਤਾਂ ਉਹਦੀ ਘਰਵਾਲੀ ਚਲੀ ਗਈ ਜਿੱਥੇ ਫੈਸਲਾ ਹੋਣਾ ਸੀ ਬੱਚੇ ਲੈ ਗਈ ਨਾਲ ਦੋ ਕਹਿੰਦੇ ਜੀ ਉਹ ਤੋਂ ਗਲਤੀ ਹੋ ਗਈ ਦੋ ਬੱਚੇ ਛੋਟੇ ਛੋਟੇ ਨੇ ਰੁਲ ਜਾਣਗੇ। ਜੱਜ ਕਹਿੰਦਾ ਜੇ ਇਹੀ ਬੰਦਾ ਇਹਨੇ ਪਿਸਤੌਲ ਨਾਲ ਮਾਰਿਆ ਹੁੰਦਾ ਮੈਂ ਇਹਨੂੰ ਘੱਟ ਸਜ਼ਾ ਦੇਣ ਬਾਰੇ ਵਿਚਾਰ ਕਰ ਸਕਦਾ ਸੀ ਕਿਉਂਕਿ ਜਿਹੜਾ ਪਿਸਤੌਲ ਲੈ ਕੇ ਕਿਸੇ ਖਾਸ ਬੰਦੇ ਨੂੰ ਮਾਰਨ ਗਿਆ ਉਹ ਤਾਂ ਘਰੋਂ ਮੱਥ ਕੇ ਗਿਆ ਮੈਂ ਆਹ ਮਾਰਨਾ। ਕਹਿੰਦਾ ਇਹ ਦਾਰੂ ਪੀ ਕੇ ਸ਼ਰਾਬ ਪੀ ਕੇ ਇਹ ਗੱਡੀ ਦੇ ਸਟੀਅਰਿੰਗ ਤੇ ਬਹਿ ਗਿਆ ਇਹਦਾ ਮਤਲਬ ਤਾਂ ਇਹ AK-47 ਲੈ ਕੇ ਬਹਿ ਗਿਆ ਇਹਦਾ ਪਤਾ ਹੀ ਨਹੀਂ ਕਿੰਨੇ ਕੁ ਮਾਰ ਦਿੰਦਾ ਇਸ ਕਰਕੇ ਮੈਂ ਕੋਈ ਸਜ਼ਾ 'ਚ ਕਮੀ ਨਹੀਂ ਕਰੂੰਗਾ 14 ਸਾਲ ਦੀ ਸਜ਼ਾ ਦਿੱਤੀ। ਉੱਥੇ ਕੀ ਹੈ ਸਿਸਟਮ ਕੀ ਹੈ ਪ੍ਰਧਾਨ ਮੰਤਰੀ ਦਾ ਚਲਾਨ ਕੱਟਤਾ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਕੈਨੇਡਾ ਦਾ ਪ੍ਰਧਾਨ ਮੰਤਰੀ ਛੁੱਟੀਆਂ ਤੇ ਸੀ ਓਵਰ ਸਪੀਡ ਜਾ ਰਿਹਾ ਸੀ ਪੁਲਿਸ ਵਾਲਾ ਪਿੱਛੋਂ ਆਇਆ ਉਹਨੇ ਕਿਹਾ ਗੱਡੀ ਸਾਈਡ ਤੇ ਲਾ ਲਓ ਜੀ ਉਹਨੂੰ ਪਤਾ ਨਹੀਂ ਸੀ ਕਿ ਪੁਲਿਸ ਵਾਲੇ ਨੂੰ ਕੌਣ ਹੈ ਗੱਡੀ ਸਾਈਡ ਤੇ ਲਾਈ ਉਹਨੇ ਕਿਹਾ ਜੀ ਲਾਇਸੈਂਸ ਦਿਓ ਲਾਇਸੈਂਸ ਦਿਖਿਆ ਤੇ ਲਾਇਸੈਂਸ ਤੇ ਉਹਦੇ ਪ੍ਰਧਾਨ ਮੰਤਰੀ ਨਾਂ ਲਿਖਿਆ ਹੋਇਆ ਤੇ ਉਹ ਕਹਿੰਦਾ ਵੀ ਮੈਂ ਪ੍ਰਾਈਮ ਮਿਨਿਸਟਰ ਹਾਂ ਕੈਨੇਡਾ ਦਾ $100 ਦਾ ਚਲਾਨ ਕੱਟ ਕੇ ਉਹਨੂੰ ਕਹਿੰਦਾ ਜੀ ਤੁਹਾਡੇ ਸਾਹਮਣੇ ਡਿਊਟੀ ਕਰਕੇ ਬਹੁਤ ਚੰਗਾ ਲੱਗਿਆ ਆਹ ਲਓ $100 ਦਾ ਚਲਾਨ ਤੇ ਆਹ ਨਾਲ ਮੈਨੂੰ ਆਟੋਗ੍ਰਾਫ ਦੇ ਦਿਓ ਇੱਥੇ ਕਹਿੰਦਾ ਜੀ ਦੇਸ਼ ਨੂੰ ਤੁਹਾਡੀ ਹਜੇ ਬਹੁਤ ਲੋੜ ਹੈ ਗੱਡੀ ਤੇਜ਼ ਸਪੀਡ ਓਵਰ ਸਪੀਡ ਨਾ ਚਲਾਓ ਆਹ ਬੰਦੇ ਨੇ ਜੀ ਉਹ ਆਪਣਾ ਇੱਕ ਪੰਜਾਬੀ ਸੀ ਗੱਡੀ ਚਲਾ ਰਿਹਾ ਸੀ ਰੈੱਡ ਲਾਈਟ ਵਿੱਚ ਦੀ ਲੰਘ ਗਿਆ ਪੁਲਿਸ ਵਾਲਾ ਅੱਗੇ ਖੜਾ ਸੀ ਉਹਨੇ ਰੋਕ ਲਿਆ ਉਹ ਪੁਲਿਸ ਵਾਲਾ ਜਿਹੜਾ ਗੋਰਾ ਪੁਲਿਸ ਵਾਲਾ ਸੀ ਉਹਦਾ ਗੁਆਂਢੀ ਸੀ ਉਸ ਪੰਜਾਬੀ ਦਾ ਬੱਚੇ ਇਕੱਠੇ ਖੇਡਦੇ ਸੀ ਆਪਸ 'ਚ ਗਲੀ 'ਚ ਜਾਣਦਾ ਸੀ ਉਹਨੇ ਉਹਨੂੰ ਕਿਹਾ ਕਹਿੰਦਾ ਯਾਰ ਆਪਾਂ ਤਾਂ ਜਾਣਦੇ ਹਾਂ ਇੱਕ ਦੂਜੇ ਨੂੰ ਬੱਚੇ ਇਕੱਠੇ ਖੇਡਦੇ ਨੇ ਇਕੱਠੇ ਆਪਾਂ ਪੀਜ਼ਾ ਮੰਗਾਉਂਦੇ ਹਾਂ ਫੈਮਿਲੀ ਬਹਿੰਦੀ ਹੈ ਛੱਡ ਦੇ ਯਾਰ ਰਹਿਣ ਦੇ ਉਹ ਕਹਿੰਦਾ ਜੇ ਮੈਂ ਤੈਨੂੰ ਨਾ ਜਾਣਦਾ ਹੁੰਦਾ ਤਾਂ ਮੈਂ $100 ਦਾ ਜੁਰਮਾਨਾ ਕਰਨਾ ਸੀ ਪਰ ਕਿਉਂਕਿ ਮੈਂ ਤੈਨੂੰ ਜਾਣਦਾ ਤੇਰੇ ਬੱਚਿਆਂ ਨੂੰ ਵੀ ਜਾਣਦਾ ਛੋਟੇ ਛੋਟੇ ਨੇ $1000 ਦਾ ਕਰੂੰਗਾ ਕਿਉਂਕਿ ਮੈਂ ਤੇਰੇ ਬੱਚਿਆਂ ਨੂੰ ਜਾਣਦਾ ਤੂੰ ਅੱਜ ਇੱਥੋਂ ਬਚ ਗਿਆ ਅਗਲੀ ਲਾਈਟ ਰੈੱਡ ਲਾਈਟ 'ਤੇ ਜੇ ਤੇਰਾ ਐਕਸੀਡੈਂਟ ਹੋ ਗਿਆ ਅਤੇ ਤੈਨੂੰ ਕੁਛ ਹੋ ਗਿਆ ਉਹਦਾ ਜ਼ਿੰਮੇਵਾਰ ਫਿਰ ਮੈਂ ਹੋਊਂਗਾ ਕਿ ਮੈਂ ਪਹਿਲੀ ਲਾਈਟ 'ਤੇ ਚਲਾਣ ਤੇਰਾ ਕਿਉਂ ਨਹੀਂ ਕੱਟਿਆ ਆਹ ਡਿਸਿਪਲਨ ਹੈ ਜੀ ਇਹਨਾਂ ਚੀਜ਼ਾਂ ਕਰਕੇ 40-40 ਲੱਖ ਚੱਕੀ ਫਿਰਦੇ ਹਾਂ ਏਜੰਟਾਂ ਕੋਲ ਵੀ ਉੱਥੇ ਭੇਜ ਦਿਓ ਇਹ ਡਿਸਿਪਲਨ ਜੇ ਆ ਜਾਓ ਨਾ ਸਾਡੇ ਕੋਲ ਇੱਥੇ ਫਿਰ ਮੈਂ ਹੋਰ ਤੁਹਾਨੂੰ ਰੌਚਕ ਗੱਲ ਦੱਸਦਾ ਉਹਨਾਂ ਦੇ ਵਿੱਚ ਕੀ ਹੈ ਡਰਾਈਵਿੰਗ ਲਾਇਸੈਂਸ ਹੈ ਨਵਾਂ ਉਹਦੇ ਵਿੱਚ 5 ਪੁਆਇੰਟ ਨੇ ਕੰਪਿਊਟਰ 'ਚ ਪਾਤਾ 5 ਪੁਆਇੰਟ ਨੇ ਫਰਜ਼ ਕਰ ਲਓ ਤੁਸੀਂ ਕੈਲੀਫੋਰਨੀਆ 'ਚ ਗੱਡੀ ਚਲਾ ਰਹੇ ਹੋ ਓਵਰ ਸਪੀਡ ਫੜੇ ਗਏ ਤੇ ਉਹਨੇ
कंप्यूटर च पाया पुलिस वाले ने लसेंस, कहिंदा वी पंज हैगे ने अजे, चल कोई नहीं अद्धा कट लैने आ, साढ़े चार रह गए नाल जुर्माना करता। ओही बंदा किसी होर सूबे च महीने बाद फिर ओवर स्पीड च फड़िया गया, उहदा पाया फिर आ गया, कहिंदा यार इहनूं दो महीने पहलां वी इहनूं वार्निंग दित्ती सी हटिया नहीं है, चल मैं एक कट लैना, एक कोने कट लिया, डेढ़ डेढ़ कट लिया, कितने रेड लाइट लंघ गया, एक कोने कट लिया, साढ़े तीन पॉइंट जे कट्टे जान लसेंस कैंसल, दोबारे आओ ट्रेनिंग लो, लंबी ट्रेनिंग, वो इन्नी लंबी ते इन्नी थकाऊ ट्रेनिंग है, बंदा पल पल याद करता यार की यार उदे एक्सीलेटर तो पैर ही चक लेंदे कि गल सी, दोबारे जिंदगी च नहीं फिर करता गलती है जी। फिर थोड़े ढाई नंबर कट्टे हुए ने या तीन नंबर कट्टे हुए ने, कोई नौकरी निकली उत्थे, तुसी नौकरी वास्ते अप्लाई करता, तुसी बिल्कुल सही हो उस नौकरी नूं लैण वास्ते, सारियां शर्तां पूरियां करदे हो, अखीर च कहिंदे ने कैन आई सी योर ड्राइविंग लाइसेंस प्लीज, वह लसेंस देखदे आ जदों मारदे कंप्यूटर च, ओ नो कहिंदे बाकी सब कुछ ठीक सी, तेरे तां चलान ही बहुत होए है, तीन नंबर कट्टी बैठ फिरदा, इहदा मतलब तूं सड़क ते गलत बिहेव करदा है, एक दूजे मूर्ति लंघन की कोशिश करदा है, रूल तोड़दा है, फिर जे तैनूं रख लिया तू ऑफिस च भी ऐं करेगा। वह कहिंदे जो सड़क ते तुहाडा विहार है लोकां नाल उही तुहाडा आम लोकां नाल दफ्तर च, इहदा मतलब यह हो गया कि जे तुसीं रैड लाइट चों लंघदे हो तो समझ लो उहदी नौकरी नूं लत्त मारदे हो, देख लो इत्थे तक जोड़िया होया उन्होंने, इंटरलिंक कीता कम्म अपने लसेंस करी आ जाता है, इन्ने पैसे दे दो, किन्नियां अणहोईयां मौतां होईयां ने इन्हें कलमा करके, टैलेंटड बंदे क्योंकि एक्सीडेंट जिहड़ा ना वह देखता नहीं है कि गड्डी च कौन बैठा है, साढ़े पूर्व राष्ट्रपति ज्ञानी जैल सिंह जी, बड़े बड़े सिंगर।